ਬਠਿੰਡਾ ਤੋਂ ਕਾਂਗਰਸ ਦੀ ਟਿਕਟ ਤੇ ਆਧਾਰਿਤ ਬਣ ਫਿਰ ਖਜ਼ਾਨਾ ਮੰਤਰੀ ਬਣਨ ਵਾਲੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰੀਕੇ ਦੇ ਨਾਲ ਗਰਮਾ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਵੱਲੋਂ ਗੱਲਬਾਤ ਦੌਰਾਨ ਕਿਹਾ ਗਿਆ ਕਿ ਲੋਕਾਂ ਨੇ ਮਨਪ੍ਰੀਤ ਸਿੰਘ ਬਾਦਲ ਬਾਰੇ 6 ਮਹੀਨਾ ਪਹਿਲੇ ਹੀ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ ਸੀ ਜੋ ਕਿ ਅੱਜ ਸੱਚ ਹੋ ਗਈ। ਉਹਨਾਂ ਨੇ ਕਿਹਾ ਕਿ ਕਾਂਗਰਸ ਇੱਕ ਸਮੁੰਦਰ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਚਲੇ ਜਾਣ ਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੇ ਕਾਂਗਰਸ ਮੁੜ ਖੜੀ ਕਰ ਦਿੱਤੀ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਛੱਡ ਜਾਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਸੋਚਣਾ ਚਾਹੀਦਾ ਕਿ ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ ਅਤੇ ਪੰਜਾਬ ਦਾ ਖਜ਼ਾਨਾ ਮੰਤਰੀ ਤੱਕ ਬਣਾ ਦਿੱਤਾ। ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਵਿਚਕਾਰ ਚੱਲ ਰਹੀ ਮਿੱਠੀ ਜੰਗ ਤੇ ਤੰਜ ਕੱਸਦੇ ਹੋਏ ਰਾਜਨ ਗਰਗ ਨੇ ਕਿਹਾ ਕਿ ਅਜਿਹਾ ਕੁਛ ਨਹੀਂ ਹੈ। ਮਨਪ੍ਰੀਤ ਬਾਦਲ ਨੂੰ ਜੇਕਰ ਕੋਈ ਗਿਲਾ ਸ਼ਿਕਵਾ ਸੀ ਤਾਂ ਉਹ ਪਾਰਟੀ ਵਿੱਚ ਰਹਿ ਕੇ ਹੀ ਹੱਲ ਕੀਤਾ ਜਾ ਸਕਦਾ ਸੀ, ਪਰ ਇਸ ਤਰ੍ਹਾਂ ਪਾਰਟੀ ਨੂੰ ਛੱਡ ਕੇ ਜਾਣਾ ਬਹੁਤ ਹੀ ਮੰਦਭਾਗਾ ਹੈ, ਪਰ ਕਾਂਗਰਸ ਨੂੰ ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਜਿੱਥੋਂ ਤੱਕ ਤਾਂ ਉਹਨਾਂ ਦੇ ਜੁਆਇਨ ਕਰਨ ਦਾ ਸਵਾਲ ਹੈ, ਇੱਕ ਬਹੁਤ ਵੱਡੀ ਗੱਲ ਹੈ ਕਿ ਲੋਕ ਇਤਿਹਾਸ ਦੇ ਸਿਰਜਣਹਾਰ ਹੈ। 8-9 ਮਹੀਨਿਆਂ ਤੋਂ ਇਹ ਗੱਲ ਚੱਲਦੀ ਆਉਂਦੀ ਸੀ ਕਿ ਪਾਰਟੀ ਛੱਡਣਗੇ, ਜਾਣਗੇ BJP, ਜਾਣਗੇ ਅਕਾਲੀ ਦਲ 'ਚ ਜਾਣਗੇ, ਪਰ ਲੋਕ ਰੱਬ ਦਾ ਰੂਪ ਹੁੰਦੇ ਆ। ਲੋਕਾਂ ਨੇ 8-9 ਮਹੀਨੇ ਪਹਿਲਾਂ ਦੱਸਤਾ ਸੀ ਅਤੇ ਉਹ ਚੀਜ਼ ਅੱਜ ਸਾਹਮਣੇ ਆ ਗਈ। ਪਾਰਟੀਆਂ ਨੂੰ ਕਦੇ ਘਾਟਾ ਨਹੀਂ ਹੁੰਦਾ, ਬੰਦੇ ਆਉਂਦੇ ਅਤੇ ਬੰਦੇ ਜਾਂਦੇ ਰਹਿੰਦੇ ਹੈ, ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਕਾਂਗਰਸ ਪਾਰਟੀ ਨੂੰ ਘਾਟਾ ਹੁੰਦਾ ਤਾਂ ਭਾਰਤ ਜੋੜੋ ਯਾਤਰਾ 'ਚ ਅੱਜ ਲੱਖਾਂ ਦਾ ਹਜੂਮ ਜਿਹੜਾ ਪੰਜਾਬ 'ਚ ਅਤੇ ਪੂਰੇ ਹਿੰਦੁਸਤਾਨ 'ਚ ਇਕੱਠਾ ਹੋਈ ਜਾਂਦਾ ਦੁਬਾਰਾ ਨਹੀਂ ਹੁੰਦਾ ਸੀ। ਭਾਰਤ ਜੋੜੋ ਯਾਤਰਾ ਦੀ ਗੱਲ ਕੀਤੀ ਜੀ ਤੁਸੀਂ, ਇੱਕ ਪਾਸੇ ਭਾਰਤ ਜੋੜੋ ਯਾਤਰਾ ਹੈ, ਦੂਜੇ ਪਾਸੇ ਐਡੇ ਵੱਡੇ ਕੱਦਵਾਰ ਨੇਤਾ ਦਾ ਛੱਡ ਕੇ ਜਾਣਾ ਕਿਤੇ ਨਾ ਕਿਤੇ ਕਾਂਗਰਸ ਨੂੰ ਕਿਹੜਾ ਆਪਾਂ ਕਹਿ ਦਈਏ ਸੱਟ ਤਾਂ ਵੱਜੀ ਹੈ ਇਸ ਚੀਜ਼। ਦੇਖੋ ਜਿੱਥੋਂ ਤੱਕ ਕੱਦਾਵਰ ਨੇਤਾ ਦੀ ਗੱਲ ਹੈ, ਨੇਤਾ ਲੋਕਾਂ ਦੇ ਨਾਲ ਹੁੰਦਾ ਇਨਸਾਨ, ਕਦੇ ਵੀ ਲੋਕਾਂ ਤੋਂ ਬਗੈਰ ਕੋਈ ਨੇਤਾ ਨਹੀਂ ਹੁੰਦਾ। ਛੱਡ ਕੇ ਗਏ ਨੇ ਉਹ ਉਹਨਾਂ ਦਾ ਨਿੱਜੀ ਫੈਸਲਾ ਹੈ, ਪਰ ਇਹ ਗੱਲਾਂ ਚੰਗੀਆਂ ਨਹੀਂ, ਇਹਨਾਂ ਚੀਜ਼ਾਂ ਨੂੰ ਹੋਣਾ ਨਹੀਂ ਚਾਹੀਦਾ ਸੀ, ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਆਉਂਦੇ ਸਾਰ ਖਜ਼ਾਨਾ ਮੰਤਰੀ ਬਣਾ ਕੇ ਮਾਨਤਾਨ ਕੀਤਾ ਸੀ ਅਤੇ ਸਾਰਿਆਂ ਨੇ ਉਹਨਾਂ ਦਾ ਮਾਣ ਹੀ ਕੀਤਾ ਸੀ। ਲਗਾਤਾਰ ਉਹਨਾਂ ਵੱਲੋਂ ਇਹ ਆਪਣਾ ਵੀ ਆਪਾਂ ਬਦਲੀਆਂ ਜਾ ਰਹੀਆਂ ਪਾਰਟੀਆਂ, ਇਸ ਬਾਰੇ ਤੁਸੀਂ ਕਹਿੰਦੇ ਇਹ ਉਹੀ ਦੱਸ ਸਕਦੇ ਆ ਨਿੱਜੀ ਫੈਸਲਾ ਉਹਨਾਂ ਦਾ। ਪਤਾ ਜੀ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਜੀ BJP 'ਚ ਗਏ ਆ, ਜੇ ਆਪਾਂ ਬਠਿੰਡਾ ਦੀ ਗੱਲ ਕਰੀਏ, ਇੰਨੇ ਇੱਥੇ ਕੌਂਸਲਰ ਸੀ ਉਹਨਾਂ ਨਾਲ ਸੀ, ਤੁਸੀਂ 43 ਕੌਂਸਲ ਜਿੱਤੇ ਸੀ, ਅੱਧੇ ਕੌਂਸਲ ਨਾਲ, ਹੁਣ ਕੌਂਸਲਰ ਵੀ ਕੰਮ ਛੱਡ ਕੇ BJP ਜਾਣਗੇ, ਧੱਕਾ ਨਹੀਂ ਲੱਗੂਗਾ ਜੀ ਕਾਰਪੋਰੇਸ਼ਨ ਨੂੰ। ਦੇਖੋ ਤੁਹਾਨੂੰ ਸਾਰਾ ਕੁਛ ਪਤਾ ਹੈ, ਤੁਹਾਡੀਆਂ ਕੈਮਰੇ 'ਤੇ ਤੁਹਾਡੇ ਲਿਖਣ ਦੀ ਤਾਕਤ ਨੂੰ ਸਭ ਕੁਛ ਪਤਾ, ਤੁਹਾਡੇ ਮੂਹਰੀ ਆਜੂਗਾ ਹੋਰ ਘੰਟੇ ਤੱਕ ਕੌਣ ਗਿਆ ਅਤੇ ਕੌਣ ਨਹੀਂ ਗਿਆ। ਜਿਹੜੇ ਬੰਦੇ ਕਾਂਗਰਸ ਪਾਰਟੀ ਨਾਲ ਹਮਦਰਦੀ ਰੱਖਦੇ ਹੈ, ਜਿਹੜੇ ਬੰਦਿਆਂ ਨੇ ਕਾਂਗਰਸ ਪਾਰਟੀ ਦੀ ਸੀਟਾਂ 'ਤੇ ਕੌਂਸਲਰ ਬਣ ਕੇ ਕਾਂਗਰਸ ਦੀ ਚੋਣ ਜਿੱਤੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹ ਇਸ ਫੈਸਲੇ ਦਾ ਸਮਰਥਨ ਕਰਨਗੇ। ਪਾਰਟੀ 'ਚ ਧੜੇਬਾਜ਼ੀਆਂ ਹਰੇਕ ਪਾਰਟੀ 'ਚ ਹੁੰਦੀਆਂ, ਗਰੁੱਪ ਹਰੇਕ ਪਾਰਟੀ 'ਚ ਹੁੰਦੇ ਆ, ਗਰੁੱਪਾਂ 'ਚ ਕੌਂਸਲਰ ਖੜ੍ਹੇ ਸੀ, ਪਰ ਮੈਂ ਇਸ ਗੱਲ ਦਾ ਵਿਸ਼ਵਾਸ ਰੱਖਦਾ ਕਿ ਉਹ ਸਾਰੇ ਕੌਂਸਲਰ ਵਾਪਸ ਪਾਰਟੀ 'ਚ ਆਉਣਗੇ ਅਤੇ ਪਾਰਟੀ 'ਚ ਕੰਮ ਕਰਨਗੇ ਅਤੇ ਇੱਕ ਝੰਡੇ ਨੀਚੇ ਕੰਮ ਕਰਨਗੇ। ਦੇਖਣ ਨੂੰ ਮਿਲਿਆ ਜਿਸ ਤਰ੍ਹਾਂ ਕੋਈ ਵੱਡਾ ਨਿਕਲ ਨੇਤਾ ਪਾਰਟੀ ਛੱਡਦਾ ਅਤੇ ਉਹਦੇ ਨਾਲ ਜਿੰਨੇ ਸਾਥੀ ਹੁੰਦੇ ਉਹਦੇ ਨਾਲ ਹੀ ਜਾਂਦੇ ਨੇ, ਬਠਿੰਡੇ 'ਚ ਮੈਂ ਕਹਿੰਦਾ ਤੁਹਾਡੇ ਸਾਹਮਣੇ ਆਜੂਗਾ। ਜਿਹੜੇ ਕਾਂਗਰਸ ਨਾਲ ਪਿਆਰ ਕਰਦੇ ਅਤੇ ਕਾਂਗਰਸ ਪਾਰਟੀ ਨਾਲ ਪਹਿਲਾਂ ਤੋਂ ਕੰਮ ਕਰਦੇ ਸੀ ਅਤੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਕੇ ਜਾਂ ਕਾਂਗਰਸ ਪਾਰਟੀ ਦਾ ਦਮ ਭਰਦੇ ਸੀ, ਅਗਰ ਇਹ ਚੀਜ਼ ਹੋਣੀ ਹੁੰਦੀ ਤਾਂ ਕੱਲ੍ਹ ਬਠਿੰਡਿਓ ਕਾਂਗਰਸ ਪਾਰਟੀ ਦਾ ਐਡਾ ਵੱਡਾ ਹਜੂਮ ਭਾਰਤ ਜੋੜੋ ਯਾਤਰਾ 'ਚ ਜਾਂਦਾ ਨਹੀਂ ਸੀ। ਕਹਿੰਦੇ 2024 'ਚ ਲੋਕ ਸਭਾ ਚੋਣਾਂ ਹੋ ਰਹੀਆਂ, ਮਨਪ੍ਰੀਤ ਬਾਦਲ ਛੱਡ ਚੁੱਕੇ ਹੈ ਅਤੇ ਕਾਂਗਰਸ ਪਾਰਟੀ ਨੂੰ ਉੱਥੋਂ ਝਟਕਾ ਨਹੀਂ ਲੱਗੂਗਾ, ਵੋਟ ਨਹੀਂ ਕੱਟੂਗੀ? ਫਿਰ ਉਹੀ ਗੱਲ ਮੈਂ ਤੁਹਾਨੂੰ ਕਿਹਾ ਵੀ ਜਿਹੜੀ ਪਾਰਟੀ ਹੁੰਦੀ ਹੈ ਇੱਕ ਸੋਚ ਹੁੰਦੀ ਹੈ, ਉਹ ਸੰਗਠਨ ਹੁੰਦਾ, ਸੰਗਠਨ 'ਚ ਬੰਦੇ ਆਉਂਦੇ ਜਾਂਦੇ ਰਹਿੰਦੇ ਆ, ਇਹਦੇ ਨਾਲ ਕੋਈ ਝਟਕਾ ਲੱਗਣ ਵਾਲੀ ਗੱਲ ਨਹੀਂ, ਅਸੀਂ ਤੁਹਾਨੂੰ ਬਠਿੰਡਾ ਜਿੱਤ ਕੇ ਦਿਖਾਵਾਂਗੇ। ਪ੍ਰਧਾਨ ਜੀ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਦਾ ਖਜ਼ਾਨਾ ਸੰਭਾਲਿਆ, ਤੁਹਾਨੂੰ ਲੱਗਦਾ ਵੀ BJP ਉਹਨਾਂ ਨੂੰ ਇਸ ਲੈਵਲ 'ਤੇ ਸਵਾਗਤ ਕਰਨੀ? ਦੇਖੋ ਇਹ BJP ਦੇਖੇ, BJP ਨੇ ਕੀ ਸੋਚ ਕੇ ਕੀਤਾ, ਕਿਉਂ ਕੀਤਾ, ਕੀ ਕਰਨਗੇ ਕੀ ਨਹੀਂ, ਇਹ ਉਹਨਾਂ ਦੀ ਆਈਡੀਓਲੋਜੀ ਹੈ, ਉਹਨਾਂ ਦੇ ਪਾਰਟੀ ਦੇ ਫੈਸਲੇ ਹੈ, ਬਾਕੀ ਕੋਈ ਗੱਲ ਨਹੀਂ। ਜੋ BJP ਨੇ ਦੇਖਣਾ ਉਹਨਾਂ ਦਾ ਆਪਦਾ ਨਿੱਜੀ ਮਸਲਾ, ਸਾਡਾ ਇਸ ਨਾਲ ਕੋਈ ਤਲਕ ਨਹੀਂ। ਦੇਖੋ ਤੁਸੀਂ ਵੀ ਉਹਨਾਂ ਨਾਲ ਰਹੇ ਹੋ, ਤੁਹਾਨੂੰ ਚੇਅਰਮੈਨ ਬਣਾਇਆ ਸੀ, ਤਾਂ MLA ਹੈਗੇ ਸੀ ਅਤੇ ਉਹਨਾਂ ਕੰਮ ਕੀਤਾ ਤੁਸੀਂ ਮਨਪ੍ਰੀਤ ਬਾਦਲ ਜੀ ਨਾਲ, ਕਿਸ ਤਰ੍ਹਾਂ ਉਹਨਾਂ ਦਾ ਨੇਚਰ ਸੀ, ਇੱਕਦਮ ਕਿਵੇਂ ਬਦਲ ਗਏ ਉਹਨਾਂ ਦਾ? ਜਿੱਥੋਂ ਤੱਕ ਮੇਰਾ ਚੇਅਰਮੈਨ ਬਣਾਉਣ ਦਾ ਸਵਾਲ ਹੈ, ਮੈਂ ਪਾਰਟੀ ਦਾ ਵਰਕਰ ਹੈ,
पार्टी के वर्कर का हरेक का मंग रखन का सवाल हों। मैं आपकी मंग रखी कांग्रेस पार्टी के जरिए मैं चेयरमैन बनया। दूसरी गल रही उन्होंने सवाल के सुभा की, निजी सुभा वक्री चीज़ है, पार्टी काम करना वक्री चीज़ है। ये क्यों होया क्यों नहीं होया ये बारे उ दस सकते हैं, पर जितों तक मेरा सवाल है चेयरमैन बनन का या प्रधान बनन का, मैनू कांग्रेस पार्टी ने बनाया। कांग्रेस पार्टी ने मेरी कार्यगुजारी देख के, ठीक है उन्होंने सहमति हो सकती है उस समय, पर मैनू कांग्रेस पार्टी ने बनाया।